सूरज तो खो के सोना टिका एक बनावा मैं नगदी था चननू जड़ के होर सजावा मैं गाना अमरिंदर भाई की आवाज याद भी है नहीं, बाकी इस बच्चे ने कोशिश अच्छी की है अपने वालों, क्योंकि गाना ठहराव बहुत मंगता जी, एक्सप्रेशन बहुत मंगता है, अजे ना उन्नी इन्हों की उम्र है ना उन्नी इन्हों की समझ है। बाकी ਇੱਥੋਂ ਵੌਇਸ ਆਫ ਪੰਜਾਬ ਤੋਂ ਜਾਣ ਤੋਂ ਪਹਿਲਾਂ ਨਿੱਕੂ ਭਾਈ ਤੋਂ ਪੱਗ ਪੂਰੀ ਤਰ੍ਹਾਂ ਬੰਨਣੀ ਸਿੱਖ ਕੇ ਜਾਈ, ਠੀਕ ਹੈ? ਨੈਕਸਟ ਟਾਈਮ ਥੋੜੀ ਜਿਹੀ ਵੱਡੀ ਲਿਆ ਭਾਜੀ, ਇਹਨੂੰ ਸਿਖਾ ਕੇ ਭੇਜੋ ਪੱਕਾ ਪੱਕਾ, ਠੀਕ ਹੈ ਨਾ, ਤਾਂ ਕਿ ਇਹਨੂੰ ਸਾਰੀ ਜ਼ਿੰਦਗੀ ਯਾਦ ਰਹੇਗੀ ਇਹ ਗੱਲ ਕਿ ਮੈਨੂੰ ਨਿੱਕੂ ਭਾਜੀ ਨੇ ਪੱਗ ਬੰਨਣੀ ਸਿਖਾਈ। ਕੀ ਬਾਤ ਹੈ, ਬਾਕੀ ਵੈਰੀ ਗੁੱਡ, ਬਹੁਤ ਜ਼ਿਆਦਾ ਤਾੜੀਆਂ। ਮੈਂ ਸਚਨ ਹੋਣਾ ਨਾਲ ਸਹਿਮਤ ਹਾਂ ਕਿ ਵੀਰ ਸਿੰਘ ਨੇ ਬਹੁਤ ਅੱਛੇ ਤਰੀਕੇ ਨਾਲ ਇਸ ਗਾਣੇ ਨੂੰ ਗਾਇਆ, ਉਹਦੇ ਮੂੰਹੋਂ ਬਹੁਤ ਚੰਗਾ ਲੱਗਦਾ ਇਹ ਗੀਤ। ਪਰ ਮੈਨੂੰ ਪਤਾ ਨਹੀਂ ਕਿਉਂ ਸਾਹਿਬਜੋਤ ਵੀ ਹਮੇਸ਼ਾ ਜਦੋਂ ਗਾਉਂਦਾ ਨਾ ਬਹੁਤ ਪਿਆਰਾ ਲੱਗਦਾ, ਇਹਦੇ ਅੰਦਰ ਵੀ ਠਹਿਰਾਓ ਬਹੁਤ ਹੈ, ਅੰਦਰ ਸਕੂਨ ਬਹੁਤ ਹੈ ਇਹਦੀ ਰੂਹ ਦੇ ਵਿੱਚ। ਸੋ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਦੇਵੇ, ਹਮੇਸ਼ਾ ਇਸੇ ਤਰ੍ਹਾਂ ਸਹਿਜਤਾ ਨਾਲ ਗਾਉਂਦੇ ਰਹੋ। ਥੈਂਕ ਯੂ ਸੋ ਮਚ ਭਾਜੀ, ਕਿਟੂ ਜੀ ਵਧੀਆ ਯਾਰ, ਵੈਰੀ ਗੁੱਡ, ਸ਼ਾਬਾਸ਼। ਲਾਡੀ ਸਰ ਬਹੁਤ ਹੀ ਇਹਨੂੰ ਕਹਿੰਦੇ ਨੇ ਕਿਊਟ ਜਿਹਾ ਇਹ ਗਾਉਂਦਾ ਔਰ ਲੱਗਦਾ ਬੜਾ ਸੋਹਣਾ। ਨਿੱਕੂ ਭਾਜੀ ਨੂੰ ਪਕੜ ਕੇ ਰੱਖਣਾ, ਪੱਗ ਬੰਨੀ ਚੰਗੀ ਤਰ੍ਹਾਂ ਸਿੱਖਣੀ, ਠੀਕ ਹੈ? ਥੈਂਕ ਯੂ ਭਾਜੀ। ਨੂਰੀ ਮੈਮ, ਸਾਹਿਬਜੋਤ ਬਹੁਤ ਹੀ ਪਿਆਰਾ ਤੇ ਕਿਊਟ ਜਿਹਾ ਬੱਚਾ ਹੈ, ਬੜੀ ਸਹਿਜਤਾ ਵਾਲਾ ਹੈ, ਸੋ ਬਹੁਤ ਵਧੀਆ ਲੱਗਿਆ। ਬਾਕੀ ਵੀਰ ਸਿੰਘ ਲਈ ਮੈਂ ਇੱਕ ਚਾਹਾਂਗੀ ਤੇ ਅਮਰਿੰਦਰ ਜੀ ਲਈ ਕਿ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ। ਥੈਂਕ ਯੂ ਸੋ ਮਚ ਅਜੇ, ਜ਼ੋਰਦਾਰ ਤਾੜੀਆਂ।